नमस्कार दोस्तों, स्वागत है आप सबका हमारी एक और नई वीडियो में। तो आज हम आए हैं जलंधर कार्स पे, जो कि है जलंधर सिटी में। ये एक यूज्ड कार का मल्टी ब्रांड शोरूम है। यहाँ पे आपको बहुत सारी अलग अलग ब्रांड की कार्स मिल जाएंगी। ब्रीज़ा आपको यहाँ पे मिल जाएगी, वेन्यू मिल जाएगी, थार में बहुत सारे ऑप्शन यहाँ पे अवेलेबल हैं, क्रेटा का ऑप्शन आपको यहाँ पे मिल जाएगा। वीडियो को पूरा देखिएगा, बिल्कुल भी स्किप मत कीजिएगा। तो चलिए चलते हैं और करते हैं इस वीडियो को स्टार्ट। दोस्तों आज साढ़े नाल ने जलंधर कार्स के ऑनर रोहित पाजी। रोहित पाजी की हाल चाल जी? सत श्री अकाल जी सारिआं नूं जी। ਤੇ ਰੋਹਿਤ ਭਾਜੀ ਸੁਣਾਓ, ਕੌਣ ਕੌਣ ਸੀ ਕਾਰ ਦਾ ਸਟਾਕ ਦਿਖਾਓਗੇ ਸਾਨੂੰ ਅੱਜ? ਭਈਆ ਜਿਹੜੀਆਂ ਚੀਜ਼ ਤੁਹਾਨੂੰ ਪਤਾ ਹੀ ਹੈ, ਸਪੈਸ਼ਲ ਚੱਲ ਰਹੀਆਂ, ਮਹਿੰਦਰਾ ਮਹਿੰਦਰਾ ਮਹਿੰਦਰਾ। ਤੁਸੀਂ ਗੌਰ ਕਰੋ, ਸਾਡੇ ਕੋਲ ਸਾਰੇ ਪ੍ਰੋਡਕਟ ਨੇ ਵੈਸੇ, ਪਰ ਸਾਡਾ ਜਿਹੜਾ ਧਿਆਨ ਇਸ ਟਾਈਮ ਸਾਰਾ ਮਹਿੰਦਰਾ ਨੇ ਲਿਆ। ਅਸੀਂ ਮਹਿੰਦਰਾ ਟੂ ਵੀਲ ਡਰਾਈਵ, 4x4, ਬਲੈਕ ਕਲਰ, ਗ੍ਰੇ ਕਲਰ, ਵਾਈਟ ਕਲਰ, ਇਹਦੇ 'ਚ ਤੁਹਾਨੂੰ ਸਾਰੇ ਕਲਰ ਭਈਆ ਮਿਲ ਜਾਣਗੇ। ਤੁਸੀਂ ਸਾਡੇ ਕੋਲ ਦਿਖਵਾਓ, ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਟੂ ਵੀਲ ਡਰਾਈਵ ਦੇ ਵਿੱਚ ਕਲਰ ਸਾਰੇ ਅਵੇਲੇਬਲ ਨੇ ਆਪਣੇ ਕੋਲ। ਤਾਂ ਸਰ ਇਹ ਟੂ ਵੀਲ ਡਰਾਈਵ ਕਾਰ ਹੈ? ਟੂ ਵੀਲ ਡਰਾਈਵ, ਹਾਂਜੀ, ਜਿਹੜੀ ਅੱਜ ਕੱਲ੍ਹ 4x2 ਚੱਲ ਰਹੀ ਹੈ ਜੀ। 4x2, ਹਾਂਜੀ, ਆਓ ਇਹਦੇ 'ਤੇ ਤੁਹਾਨੂੰ ਲੋਗੋ ਦਿਖਾਵਾਂ ਜੀ। ਇਹਦੇ ਇਸ ਕਾਰ ਦੇ ਵਿੱਚ 15,000 ਦੀ ਅਸੈਸਰੀ ਵੀ ਐਡ ਨੇ। ਇਹ ਦੇਖੋ ਦੋਸਤੋ, ਇਸ 'ਤੇ ਆਪਕੋ ਰੀਅਰ ਵੀਲ ਡਰਾਈਵ ਕਾ ਲੋਗੋ ਮਿਲ ਜਾਂਦਾ ਹੈ। ਕਾਰ ਦੇ ਵਿੱਚ ਆਰਮ ਰੈਸਟ ਲੱਗਾ ਹੋਇਆ, ਤੁਸੀਂ ਖੋਲ੍ਹ ਕੇ ਦਿਖਾਓ ਇੱਕ ਵਾਰੀ ਕਾਰ ਕਸਟਮਰ ਨੂੰ। 0 ਮੀਟਰ ਹੈ ਜੀ, ਬਿਲਕੁਲ ਨਵੀਂ ਹੈ ਜੀ, ਜਿੱਦਾਂ ਸ਼ੋਰੂਮ 'ਚੋਂ ਲਿਆ ਕੇ ਅਸੀਂ ਇੱਥੇ ਖੜੀ ਕਰ ਲੈਂਦੇ ਹਾਂ ਜੀ। ਇਹਨਾਂ ਦੇ ਤੁਹਾਨੂੰ ਪਤਾ ਵੇਟਿੰਗ ਚੱਲ ਰਹੀ ਹੈ ਬਹੁਤ ਜ਼ਿਆਦਾ। ਬਿਲਕੁਲ ਸਰ, ਥਾਰ ਕਾਫੀ ਵੇਟਿੰਗ ਪੀਰੀਅਡ ਮੇ ਰਹਤੀ ਹੈ। ਔਰ ਇਹ ਕੌਨ ਸਾ ਮਾਡਲ ਹੈ ਸਰ? ਇਹ 2023 ਸਿਰਫ 5 ਡੇ 올ਡ ਹੈ। 5 ਦਿਨ ਪੁਰਾਣੀ ਹੈ? 5 ਦਿਨ ਪੁਰਾਣੀ ਹੈ ਜੀ। ਔਰ 20 ਕਿਲੋਮੀਟਰ 2 ਦਿਨ ਪੁਰਾਣੀ, 1 ਦਿਨ ਪੁਰਾਣੀ, 10 ਦਿਨ ਪੁਰਾਣੀ, ਸਾਰੀਆਂ ਆਉਂਦੀਆਂ ਰਹਿੰਦੀਆਂ ਭਈਆ। ਅੱਜ ਟਾਈਮ ਦੇ ਹਿਸਾਬ ਨਾਲ ਜਿੱਦਾਂ 3-4 ਦਿਨ ਹੋ ਗਏ ਇਸ ਕਾਰ ਨੂੰ ਆਏ ਹੋਏ, ਜਲੰਧਰ ਦਾ ਇਹਨੂੰ ਨੰਬਰ ਲੱਗਾ ਹੋਇਆ। ਜੇ ਸਾਡੇ ਕੋਈ ਕਸਟਮਰ ਫਸਟ ਓਨਰ ਵੀ ਲੈਣਾ ਚਾਹੁੰਦਾ, ਅਸੀਂ ਫਸਟ ਓਨਰ ਵੀ ਪ੍ਰੋਵਾਈਡ ਕਰਾ ਦਿੰਦੇ ਹਾਂ। ਉਹਦੇ 'ਚ ਕੋਈ ਕਲਰ ਹੋਵੇ, ਕੋਈ ਕਲਰ ਆਪਸ਼ਨ ਹੋਵੇ, ਤੁਹਾਨੂੰ ਮਿਲ ਜਾਏਗੀ। ਇਸ ਟਾਈਮ 'ਤੇ ਸਾਡੇ ਕੋਲ ਬਲੈਕ ਕਲਰ 'ਚ 4-5 ਕਲਰ ਹੈ, 4-5 ਕਾਰਾਂ ਨੇ। ਇੱਕ ਸਾਡੇ ਕੋਲ ਗ੍ਰੇ ਕਲਰ ਖੜੀ ਹੋਈ ਹੈ, ਇਹ 'ਚ 20 ਗ੍ਰੇ ਕਲਰ। ਪ੍ਰਾਈਸਿੰਗ ਕੀ ਰਹਿਣੇ ਵਾਲਾ? ਪ੍ਰਾਈਸਿੰਗ ਭਈਆ ਐਸਾ ਇੱਧਰ ਅੱਜ ਦਾ ਰੇਟ ਕੁਛ ਹੈ, ਅਤੇ ਕੰਪਨੀ ਨੇ ਜੇ ਰੇਟ ਵਧਾ ਤਾ ਤਾਂ ਫਿਰ ਨੈਚੁਰਲੀ ਵੱਧ ਜਾਏਗਾ। ਅੱਜ ਅਸੀਂ ਇਹ ਕਾਰ ਵਿਦ 20,000 ਦੀ ਅਸੈਸਰੀ ਦੇ ਨਾਲ 15 ਲੱਖ ਅਤੇ 10,000 ਰੁਪਏ ਦੀ ਤੁਹਾਨੂੰ ਦੇ ਦਾਂਗੇ। 15 ਦਾ 10,000, 15 ਲੱਖ 10,000 ਰੁਪਏ ਦੀ, ਜੋ ਕਿ ਨੈਗੋਸ਼ੀਏਬਲ ਹੈ ਔਨ ਟੇਬਲ? ਨਹੀਂ, ਨੈਗੋਸ਼ੀਏਬਲ ਨਹੀਂ ਹੈ, ਫਿਕਸ ਪ੍ਰਾਈਸ ਹੈ। ਫਿਕਸ ਪ੍ਰਾਈਸ ਹੈ ਜੀ। ਅਗਰ ਅਸੈਸਰੀ ਨਹੀਂ ਲੈਣੀ ਤਾਂ ਫਿਰ ਅਸੀਂ ਕਾਰ 15 ਲੱਖ ਦੀ ਦੇ ਦਾਂਗੇ। ਠੀਕ, ਜਿਹੜਾ ਇਹਦੇ 'ਚ ਗ੍ਰੇ ਕਲਰ ਆ ਉਹ ਤੁਹਾਨੂੰ ਅਸੀਂ ਦੇ ਦਾਂਗੇ 14,80,000 ਰੁਪਏ 'ਚ। ਇਹਨੂੰ ਵੀ 15,000 ਦੀ ਅਸੈਸਰੀ ਲੱਗੀ ਹੋਈ ਹੈ। ਔਰ ਇਹ ਵੀ 2022 ਮਾਡਲ ਹੈ? 23 ਭਈਆ, 23 23 ਮਾਡਲ ਕਾਰ, 5 ਡੇ 올ਡ। ਦੋਨੋਂ ਕਾਰਾਂ ਇੱਕ ਦਿਨ ਕੀ ਨਿਕਲੀ ਹੋਈ ਹੈ। ਔਰ ਦੋਨੋਂ ਕਾਰ ਕੇ ਕਿਲੋਮੀਟਰਸ? ਜ਼ੀਰੋ ਕਿਲੋਮੀਟਰ ਹੈ, 10-20 ਕਿਲੋਮੀਟਰ ਐਸੇ ਸ਼ੋਰੂਮ ਸੇ ਆਈ ਹੈ। ਔਰ ਇਹ ਵੀ ਭਾਜੀ ਰੇਅਰ ਵੀਲ ਡਰਾਈਵ? ਰੇਅਰ ਵੀਲ ਡਰਾਈਵ, ਰੇਅਰ ਵੀਲ ਡਰਾਈਵ ਇਹ ਖੜੀ ਹੈ ਭਈਆ ਹਮਾਰੇ ਪਾਸ, 4x4। ਇਸਮੇ ਮੈਨੂਅਲ ਹੈ ਵੇਰੀਅੰਟ ਇਸਕਾ, ਇਹ 4x4 ਮੈਨੂਅਲ, 4x4 ਮੈਨੂਅਲ, 8,000 ਚੱਲੀ ਹੋਈ ਹੈ। ਛੋਟਾ ਨੰਬਰ ਲਗਾ ਹੋਇਆ, ਨੰਬਰ ਵੀ ਪੇਡ ਹੈ। ਪ੍ਰੋਜੈਕਟਰ ਲੈਂਪ, ਕਰੋਮ ਅਸੈਸਰੀ ਸਾਰੀ ਇਸਮੇ ਐਡ, ਉਹ ਸਾਰਾ ਕੰਪਨੀ ਸੇ ਐਡ ਹੈ। ਔਰ ਇਹ 2000 ਕੌਨ ਸਾ ਮਾਡਲ ਹੈ? 2022 2022 ਮਾਡਲ, 15.5 ਲੱਖ ਕੀ ਕਾਰ ਦੇ ਦੇਣਗੇ ਹਮ, 15.5 ਲੱਖ ਕੀ। ਔਰ ਇਸਕਾ ਜੋ ਪ੍ਰਾਈਸ ਹੈ ਵੋ ਔਨ ਟੇਬਲ ਉਸਮੇ? ਨਹੀਂ, ਮੈਂ ਨੈਗੋਸ਼ੀਏਬਲ ਮਾਨ ਕਰ ਦੇਂਗੇ, ਜੋ ਮਾਨ ਹੋਗਾ, ਜੋ ਆਪਕੀ ਵੀਡੀਓ ਦੇਖਿਆ ਆਏਗਾ ਉਸਕਾ ਰਿਗਾਰਡ ਜ਼ਰੂਰ ਕਰੇਂਗੇ। ਬਾਰਗੇਨਿੰਗ ਨਹੀਂ ਹੋਗੀ, ਬਾਰਗੇਨਿੰਗ ਕਰਨੇ ਸੇ ਕਿਆ ਹੋਤਾ ਵੀ ਹਮ ਅਭੀ ਇਸਕਾ 16 ਮੰਗੇ, ਮਾਰਕੀਟ ਮੇ ਡਿਮਾਂਡ ਪ੍ਰਾਈਸ ਸਾਰੇ 16 ਹੀ ਕਰਤੇ ਹੈ। 22 ਮਾਡਲ ਮੈਨੂਅਲ ਕੀ, ਇਸਕੀ ਵੀ ਵੇਟਿੰਗ ਅਭੀ ਆਪਕੋ ਪਤਾ ਹੀ ਹੈ, ਇਸਕੀ ਵੀ 2 ਮੰਥ ਕੀ ਵੇਟਿੰਗ ਦੁਬਾਰਾ ਸੇ ਸ਼ੁਰੂ ਹੋ ਗਈ ਹੈ। ਤੋ ਇਸਕਾ ਮਤਲਬ ਆਪਨੇ ਪਹਿਲੇ ਹੀ ਸਾਰੇ ਰੇਟ ਕਮ ਕਰਕੇ ਆਪ ਔਨ ਇੱਕ ਬੈਸਟ ਡੀਲ ਦੇ ਰਹੇ ਹੋ। ਬੈਸਟ ਡੀਲ ਦੇ ਰਹੀ ਹਾਂ। ਔਰ ਆ ਹਮਾਰੀ ਇਹ ਅੱਜ ਕੱਲ੍ਹ ਕਲਾਸਿਕ ਚੱਲ ਰਹੀ ਹੈ, ਸਕਾਰਪੀਓ ਕਲਾਸਿਕ। ਇਹ ਦੇਖੋ 100 ਕਿਲੋਮੀਟਰ ਚੱਲੀ ਹੋਈ ਕਾਰ ਹੈ। ਸਿਰਫ 100 ਕਿਲੋਮੀਟਰ। ਔਰ ਅਲੋਏ ਟਾਇਰ ਅਲੱਗ ਸੇ? ਟਾਇਰ ਅਲੱਗ ਸੇ ਡਲਵਾਏ ਹਮਨੇ। ਦੇਖੋ ਬ੍ਰਾਂਡ ਨਿਊ ਟਾਇਰਸ ਹੈ, ਬਹੁਤ ਅੱਛੇ ਇਸਕੇ ਅਲੋਏ ਵੀ ਲੈ। ਇੱਕ ਵਾਰ ਇੰਟੀਰੀਅਰ ਦਿਖਾ ਦਿੱਤਾ ਹੂੰ ਗਾੜੀ ਕਾ ਆਪਕੋ, ਐਸਾ ਦਿਖਤਾ ਹੈ ਸਕਾਰਪੀਓ ਕਾ ਇੰਟੀਰੀਅਰ। ਇਹ ਦੇਖੀਏ ਅਲੱਗ ਸੇ ਇਸਮੇ ਆਪਕੋ ਸਕਰੀਨ ਮਿਲ ਜਾਤੀ ਹੈ, ਕਲਾਈਮੇਟ੍ਰੋਨਿਕ ਏਸੀ ਹੈ, ਪਾਵਰ ਵਿੰਡੋਜ਼ ਕੇ ਕੰਟਰੋਲ ਹੈ। ਔਰ ਸਰ ਇਹ 2023 ਮਾਡਲ ਦੀ ਗਾੜੀ ਹੈ? 23 ਮਾਡਲ ਹੈ, 23 ਮਾਡਲ। ਔਰ ਕਿਲੋਮੀਟਰ ਆਪਨੇ ਬਤਾਇਆ ਸਿਰਫ 100 ਕਿਲੋਮੀਟਰ। ਅਗਰ ਆਪਕੋ ਕਿਸੀ ਕਸਟਮਰ ਕੋ ਇਸਮੇ ਵਾਈਟ ਕਲਰ, ਬਲੈਕ ਕਲਰ ਕੀ ਫਸਟ ਰੈਂਕ ਕੀ ਚਾਹੀਏ, ਵੋ ਵੀ ਹਮ ਕੰਪਨੀ ਸੇ ਪ੍ਰੋਵਾਈਡ ਕਰਾ ਦੇਂਗੇ ਆਪਕੋ। ਮਹਿੰਦਰਾ ਕਾ ਸਾਰੀ ਜੋ ਗਾੜੀਆਂ ਆਤੀ ਹੈ, 700, ਸਕਾਰਪੀਓ ਹਨ, ਸਾਰੇ ਮਾਡਲ ਡੀਜ਼ਲ ਪੈਟਰੋਲ ਮੇ ਸਾਰੇ ਹਮਾਰੇ ਪਾਸ ਇੰਸਟਾਲ ਹੈ। ਔਰ ਸਪੈਸ਼ਲ ਜੋ ਹਮਾਰੀ ਆਈ ਡੀ ਹੈ ਇੰਸਟਾਗ੍ਰਾਮ ਕੀ, ਵੋ ਹਮਾਰੀ ਆਪਕੀ ਰਾਈਟ ਸਾਈਡ ਪੇ ਲੱਗੀ ਹੋਈ ਹੈ। ਵਹਾਂ ਪੇ ਸਾਰਾ ਸਟਾਕ ਜੋ ਡਿਲੀਵਰ ਹਮ ਕਰਤੇ ਹੈ, ਜੋ ਹਮਾਰੇ ਪਾਸ ਨਿਆ ਆਤਾ ਹੈ, ਵਹਾਂ ਪੇ ਹਮ ਸ਼ੇਅਰ ਕਰਤੇ ਹੈ। ਬਿਲਕੁਲ ਦੋਸਤੋ, ਇਹ ਦੇਖੋ ਜੀ, ਸਾਈਡ ਮੇ ਆਪਕੋ ਇਨਕਾ ਇੰਸਟਾਗ੍ਰਾਮ ਆਈ ਡੀ ਦਿਖ ਰਹਾ ਹੈ, ਔਰ ਨੀਚੇ ਇਨਕਾ ਕੰਟੈਕਟ ਨੰਬਰ ਆਪਕੋ ਯਹਾਂ ਪੇ ਦਿਖ ਰਹਾ ਹੈ। ਆਪ ਰੋਹਿਤ ਭਾਜੀ ਕੋ ਕਾਲ ਕਰ ਸਕਤੇ ਹੋ, ਔਰ ਜਲੰਧਰ ਕਾਰਸ ਪੇ ਆ ਕੇ ਇਹ ਸਾਰੀ ਗਾੜੀਆਂ ਦੇਖ ਸਕਤੇ ਹੋ। ਭਾਜੀ ਇੱਕ ਮਿੰਟ, ਤੁਸੀਂ ਸਾਡੇ ਕੋਲ ਆਓ, ਤੁਹਾਨੂੰ ਇੱਕ ਕਾਰ ਦਿਖਾਉਣ ਜਾ ਰਹੇ ਹਾਂ, ਟੋਇਟਾ ਦੀ ਹਾਈ ਰਾਈਡਰ, ਜਿਹੜੀ ਕਿ ਬਲੈਕ ਕਲਰ 'ਚ। ਮੇਰੇ ਖਿਆਲ ਨਾਲ ਇਸ ਕਾਰ ਨੂੰ ਸਾਲ ਲੱਗ ਜਾਏਗਾ, ਕਾਰ ਬੁੱਕ ਕਰਵਾਓ ਕੰਪਨੀ 'ਚ, 1 ਸਾਲ ਤੋਂ ਪਹਿਲਾਂ ਇਹ ਕਾਰ ਨਹੀਂ ਮਿਲੇਗੀ ਤੁਹਾਨੂੰ। ਅਸੀਂ ਨਵੀਂ ਕਾਰ 100 ਕਿਲੋਮੀਟਰ ਚੱਲੀ ਹੋਈ,
100 किलोमीटर चली गई, पेड नंबर नंबर भी 0080, कार के नंबर से निगाह मारो एक बार। इस कार को 20,000 रुपए की असैसरी कंपनी चो ऐड है, विद एक्सटेंडर वारंटी, विद मैट्स, हर चीज़ कंपनी तो इनकलूड है। ये कार तुहानू असी वाइट कलर च भी, ब्लैक च भी, दोनों तीनों कलर के जिदे चाहनी है तुहानू प्रोवाइड करा देंगे। भाई जी वेरियंट कौन सा गाड़ी का? ये वेरियंट न्यू ड्राइव ई मॉडल है जी। न्यू ड्राइव ई मॉडल। तो इसमें आपको सारा कंपनी की कीलेस एंट्री है, क्लाइमेट कंट्रोल है, टच असी आप खुद ऐड कराई है आरडी कंपनी की, जिदी की 1 साल की गरंटी है। कंपनी वालों ही फिटड स्पीकरस ने ये, और ब्लैक कलर सारे की ब्लैक ब्यूटी है, तुहानू पता ही है जिस तरह थार अज की डेट टॉप है, हाई राइडर भी टॉप पर है। तो ये भी 2023 मॉडल का है? 23 मॉडल है, सिर्फ 100 किलोमीटर ड्रिवन, ओनर फर्स्ट है इसका? ओनर हमारे पास, मेरे तुम्हारे यहाँ पे तो फर्स्ट ही है, अगर कोई लेगा तो वो सेकंड बनेगा। सेकंड बनेगा, किसी को फर्स्ट ओनर की डिमांड इसकी भी है तो वो भी दे देंगे। और इसका प्राइस क्या रहने वाला सर? आप इधर आओ, मैं आपको प्राइस बताता हूँ। एक गाड़ी और दिखानी मैंने आपको ब्लैक, ये प्राइस आपको 13,80,000 रुपये दे देंगे आपको, सारा नंबर एक्सेसरी सारा कुछ ऐड है। 13 लाख ही कंपनी में है कार, ये हमारे पास विदाउट वेटिंग कार 13,80,000 में आपके पास। और पाजी फाइनेंस भी आप ही करवा कर फाइनेंस हम करा देंगे, फाइनेंस कोई भी होगा, सारे कंपनी वाले बैंक वाले हमारे पास हैं, जो कहोगे वो वाला लोन हो जाएगा। जिस किसी में सिबल में भी दिक्कत आती है, ट्राई तो करना हमारा फर्ज है, हम ट्राई जरूर करेंगे। आरसी का काम, हर चीज़ का काम हम खुद प्रोवाइड करा के देते हैं, किसी को कोई दिक्कत ना आए। और भाई एक बार और बताइए, हमारे व्यूवर कई बार पूछते हैं मिनिमम डाउन पेमेंट कितनी लगेगी जी गाड़ी पे? भैया ऐसा हर किसी का ना पेपर देखने पड़ते हैं, 80-85% लोन तक सभी का हो जाता है, जिसका सिबल 750-800 के बीच में हो, 750-800 के बीच में हो, जिसका 700 से नीचे है उसको थोड़ी दिक्कत आती है, टाइम लगता है, वो 75% हो जाता है। मतलब कहने का मतलब ये है कि अगर 10 लाख की गड्डी है, अच्छा प्रोफाइल है, तो 1-1.5 लाख रुपया डाउन पेमेंट करके कार ले जा सकते हैं जी। भैया जी बहुत बढ़िया सर। सर अगली कौन सी दिखा रहे हैं? अगली आपको दिखा रहे हैं, ये देखो ब्रीजा दिखाओ पहले तो आप इनको। 2,000 किलोमीटर चली हुई ZXI मॉडल है, नए मॉडल की इसमें 1.5 लाख रुपए की सैसरी लगी हुई है, हाइब्रिड मॉडल है इस गाड़ी पे। इस गाड़ी में रिकॉर्डर लगा हुआ, कैमरा रिकॉर्डर, सीट्स कवर डायमंड कट वाले अलॉय लगे हुए हैं, सीट कवर देखो, लाइटनिंग देखो, रिकॉर्डर दिखाना फ्रंट का, फ्रंट पे कैमरा रिकॉर्डर भी लगा हुआ ऊपर, ये देखिए इतनी अच्छी वेल मेंटेन कार है। ब्लैक इंटीरियर है, वाइट कलर की कार है। फ्रंट से भी एक बार आपको दिखा देता हूँ गाड़ी, देखिए फ्रंट से कुछ ऐसी दिखती है। रोहित पाजी एक बार ब्रीजा का प्राइस दस दो, की प्राइस रहेगा? ये नंबर चेक करो, 3131 नंबर है जी, यदा प्राइस 12,25,000 रुपया साड़ी डिमांड है जी, ये जो वो मान हो सकता है कर देंगे जी। 1 लाख तुम दस 25-30,000 रुपये की एक्सेसरी कंपनी चो ही ऐड करवाई हुई है, हर चीज़ का बिल भी मिल जाएगा। पापा जी कौन सा मॉडल है? 2022 मॉडल है, 2100 किलोमीटर ड्रिवन है, 2100 चली, लुधियाना नंबर। लुधियाना नंबर सारे कंपनी के तुम देख ही लिया। एक साढ़े को हो रही है जी क्रेटा ब्लैक ब्यूटी, चेक करो जी, क्रेटा ब्लैक ब्यूटी, अलॉय टायर, अलॉय देखो कितने अच्छे हैं जी। क्रेटा भैया 19 मॉडल है, तुम चेक किए थे अलॉय वैसे भी? तुम हाँ जी बिल्कुल जी, मैंने चेक कराओ, इंटीरियर चेक कराओ करी कस्टमर को एक बार, इंटीरियर एस क्लास की लाइट्स लगी हुई हैं, जी वैगन में जड़ियां आती हैं, मर्सिडीज एस क्लास की लाइट्स हैं इसमें। हाँ जी हाँ जी, ये देखो सीट कवर दिखाओ भैया, क्रेटा में एस क्लास वाली लाइट्स लगी हैं, म्यूजिक सिस्टम अलग से लगा है, और सीट कवर देखो LED, एम बूफर, HID, देखिए कितना सारा सामान ऐड है जी, कितनी बढ़िया गाड़ी लग रही है। तो पाजी 19 मॉडल गाड़ी बताई आपने? ये 19 मॉडल है, एक कार दे मेरे को वैसे ऑलरेडी 4 कस्टमर चल रहे हैं, ऑनर सेकंड है भैया, इंश्योरेंस से दी हैगी है जी थर्ड पार्टी, 4 कस्टमर मेरे को वैसे होता जा रहे हैं, रेट 9.5 लाख रुपया है, 9.5 लाख रुपया, एक कार 9.5 ही दे देंगे तुम्हें। बहुत बढ़िया सर, और इससे भी फाइनेंस अवेलेबल है? फाइनेंस सारे का ही, फाइनेंस के वाले तो सारिया कार अपने उच्चे वर्ग मॉडल दी सारियाँ, और सब तो बड़ी चीज़ है असी मीटर की गरंटी, एक्सीडेंट की गरंटी, पेपरों की गरंटी, जिहड़ी चीज़ हर कस्टमर नूं दे के भेजदे आ। मेरे ख्याल नाल साढ़े तो वध भी किसी की गूगल ते रेटिंग होएगी, पर साड़ी 4.5 रेटिंग है जी, सानू ईवन दैन कि हाले 3-4 साल होया अपना काम सैट किए हुए, असी सारे नूं ट्रांसपेरेंट डील दिंदे आ जी, साड़ी कोशिश होएगी कि तुहाडा कोई कस्टमर आएगा वो नाराज़ नहीं होकर जाएगा, सानू शाबाश दे के जाएगा। बहुत वधिया सर। तो दोस्तों नैक्सट गड्डी रहने वाली है ह्यूंडई दी वेन्यू, रोहित भाजी एक बार दसो वेन्यू बारे। वेन्यू कार है भाजी 2023 मॉडल है, सिर्फ 2,000 किलोमीटर चली है जी, सिर्फ 2,000 किलोमीटर। देख लो तुहाडे वास्ते किदां दीआं नवीआं नवीआं कारां लभ के लिआउने आ असीं महाराज। तो भाजी सारी कार ही 21-22-23 मॉडल तुहाडे कोल अवेलेबल? हाँ जी महाराज सारियां वधिया रखीआं जी असीं,
असी किसी भी नाराज नहीं करके भेजना। इस कार 25-30 हज़ार एक्सेसरी लगी है, कंपनी का HID प्लेयर लगवाया, सीट्स कवर मैट। रोहित भाजी डिमांड की रहने वाली कार की? भाजी 8,20,000 रुपये की कार आपको ये दे देवे जी। कार सारी ही नवी है, ब्रांड न्यू कार है जी। तो 8,20,000 से वेन्यू साडा कस्टमर आके न्यू शेप दी ले आ सकदा? 2023 मॉडल। 2023 मॉडल इहदे च साडे कोल इस तों टॉप वाला मॉडल ब्लैक कलर भी हैगा, वह भी 23 मॉडल ही है जी। वह 11,000 चली है, वह भी तुहानू कार मिल जाएगी। वह कार मिलेगी तुहानू 9 लाख रुपए की जी। वह साडे OLX ते जिहड़ा ऐप साडी चलती है असीं उत्ते पाई हुई है जी। कार दिखाओ ते इहदे नाल साडे कोल आई है डीजल ब्रीजा। नैक्सट कार है जी डीजल ब्रीजा, वाइट कलर च गड्डी है, तुसीं कार देख सकदे हो। ਇਹ 70,000 ਚੱਲੀ ਹੈ ਜੀ, ਫਸਟ ਓਨਰ ਕਾਰ ਹੈ। 70,000 ਕਿਲੋਮੀਟਰ ਡਰਾਈਵਰ ਫਸਟ ਓਨਰ ਕਾਰ ਹੈ ਜੀ। ਤੁਸੀਂ ਸਾਡੇ ਕੋਲ ਜਿਸ ਤਰ੍ਹਾਂ ਦੇਖੋ ਛੋਟੀਆਂ ਕਾਰਾਂ ਦਿਖਾਓ, ਅਸੀਂ ਇਸ ਤਰ੍ਹਾਂ ਦੀ ਕਾਰਾਂ ਨਾਲ ਵੀ ਡੀਲ ਕਰਦੇ ਹਾਂ। ਆਲਟੋ ਸਾਡੇ ਕੋਲ 21 ਮਾਡਲ ਹੈ, 20,000 ਚੱਲੀ। ਸਵਿਫਟ ਪੈਟਰੋਲ ਹੈ 14 ਮਾਡਲ, i20 23 ਮਾਡਲ, ਵੈਂਟੋ 17 ਮਾਡਲ, ਜਿੱਦਾਂ ਇੱਦਾਂ ਦੇ ਕਾਫੀ ਸਾਡੇ ਕੋਲ ਸਟਾਕਸ ਅਵੇਲੇਬਲ ਹੁੰਦਾ ਹੈ। ਅਸੀਂ ਕਾਫੀ ਕਾਰਸ ਰੱਖਦੇ ਹਾਂ ਸਾਡੇ ਕੋਲ, ਤੁਹਾਨੂੰ ਹਰ ਤਰ੍ਹਾਂ ਦੀ ਆਟੋਮੈਟਿਕ ਕਾਰ ਛੋਟੀ ਤੋਂ ਵੱਡੀ ਹਰ ਚੀਜ਼ ਮਿਲ ਜਾਏਗੀ। ਫਾਰਚੂਨਰ, ਬਾਕੀ ਨਵੀਆਂ ਕਾਰਾਂ ਤਾਂ ਤੁਹਾਨੂੰ ਮੈਂ ਦੱਸ ਦਿੱਤਾ, ਮਹਿੰਦਰਾ ਤੋਂ ਛੱਡ ਕੇ ਇਸ ਤੋਂ ਇਲਾਵਾ ਟੋਇਟਾ, ਹੰਡੋਈ, ਕਿਸੇ ਵੀ ਕਾਰ ਦੀ ਤੁਸੀਂ ਨਵੀਂ ਡੀਲ ਲੈਣੀ ਹੋਵੇ ਇੱਕ ਵਾਰੀ ਸਾਡੇ ਕੋਲ ਜ਼ਰੂਰ ਟਰਾਈ ਕਰੋ, ਤੁਹਾਨੂੰ ਆਪਾਂ ਬੈਸਟ ਡੀਲ ਔਰ ਟਰਾਂਸਪੇਰੈਂਟ ਹੀ ਲਵਾਂਗੇ। ਅਤੇ ਭਾਅ ਜੀ ਇਹਦਾ ਪ੍ਰਾਈਸਿੰਗ ਦੱਸਿਓ, ਬਰੀਜ਼ਾ ਦਾ ਕੀ ਰਹਿਣ ਵਾਲਾ? ਬਰੀਜ਼ਾ ਭਈਆ ਤੁਹਾਨੂੰ ਦੇ ਦਿਆਂਗੇ ਜੀ 7,75,000 ਰੁਪਏ 'ਚ, ZDI ਮਾਡਲ। ZDI ਮਾਡਲ, ਹਾਂਜੀ। ਤੋ ਕਾਰ ਦੇ ਇੱਕ ਵਾਰ ਅਲੋਈ ਵੀਲ ਤੁਸੀਂ ਦੇਖ ਸਕਦੇ ਹੋ, ZDI ਵੇਰੀਐਂਟ ਹੈ। ਫਸਟ ਓਨਰ ਦੱਸੀ ਸੀ 70,000 ਕਿਲੋਮੀਟਰ ਡਰਾਈਵਨ। ਹੋਂਡਾ ਤੁਸੀਂ ਸ਼ਾਇਦ ਸਾਡੀ ਬ੍ਰੇਕ ਕਰਤੀ, ਹੋਂਡਾ ਵੀ ਦੇਖੋ, ਹੋਂਡਾ ਸਾਡੇ ਕੋਲ ਬਹੁਤ ਅੱਛੀ ਖੜੀ ਹੈ, 17 ਮਾਡਲ, ਫਸਟ ਓਨਰ ਕਾਰ ਹੈ ਜੀ, ਜਲੰਧਰ ਨੰਬਰ। ਕਾਰ ਦੀ ਲੁੱਕ ਦੇਖੋ, 65,000 ਚੱਲੀ ਹੈ ਜੀ। ਕਾਰ ਦੇ ਬ੍ਰੈਂਡ ਨਿਊ ਟਾਇਰਸ ਹੈ, ਅਲੋਈ ਵੀਲ ਚੈੱਕ ਕਰ ਲਓ। ਭਾਅ ਜੀ ਵੇਰੀਐਂਟ ਕੌਣ ਸਾ ਰਹਿਣ ਵਾਲਾ? ਵੀ ਮਾਡਲ ਹੈ ਜੀ, ਪੁਸ਼ ਬਟਨ ਸਟਾਰਟ ਵਾਲੀ ਹੈ ਜੀ। ਪੁਸ਼ ਬਟਨ ਸਟਾਰਟ ਵਾਲੀ, ਪੁਸ਼ ਬਟਨ ਕੀਲੈਸ ਐਂਟਰੀ ਹੈ ਜੀ, ਫਸਟ ਓਨਰ ਕਾਰ ਹੈ ਜੀ। ਆਹ ਦੇਖੋ ਜੀ ਕੁਛ ਇੱਦਾਂ ਨੂੰ ਦੀਦਾ ਹੈ। ਇਹ ਕਾਰ ਦੀ ਸਾਡੀ ਡਿਮਾਂਡ ਹੈ 7,75,000 ਰੁਪਏ। ਦਿੱਤਾ ਹੋਂਡਾ ਸਿਟੀ ਦਾ ਇੰਟੀਰੀਅਰ। ਭਾਅ ਜੀ ਕਿੰਨੀ ਡਿਮਾਂਡ ਰਹਿਣ ਵਾਲੀ ਹੈ? 7,75,000 ਰੁਪਇਆ। 7,75,000? ਹਾਂਜੀ, ਤੁਹਾਨੂੰ ਇਹ ਕਾਰ ਅਸੀਂ 7.5 ਲੱਖ ਰੁਪਏ ਦੀ ਨੈੱਟ ਦੇ ਰਹੇ ਹਾਂ। ਤੁਸੀਂ ਮਤਲਬ 25,000 ਦਾ ਡਿਸਕਾਊਂਟ ਔਨ ਵੀਡੀਓ ਦੱਸਤਾ? ਬਿਲਕੁਲ ਜੀ। ਔਰ ਇਹ ਫਾਈਨਲ ਪ੍ਰਾਈਸ ਰਹਿਣ ਵਾਲਾ ਹੈ? ਫਾਈਨਲ ਪ੍ਰਾਈਸ ਹੈ। ਪਰ ਭਾਅ ਜੀ ਇਸ ਤੋਂ ਇਲਾਵਾ ਲੋਨ ਫੈਸਿਲਿਟੀ ਕਿਹੜੇ ਕਿਹੜੇ ਬੈਂਕ ਤੋਂ ਤੁਹਾਡੀ ਅਵੇਲੇਬਲ ਹੈ? ਇਸ ਤੋਂ ਇਲਾਵਾ ਭਈਆ ਤੁਹਾਨੂੰ ਅਸੀਂ IDF, ਸਾਡੇ ਕੋਲ 17-18 ਬੈਂਕ ਨੇ, ਕਿਸੇ ਵੀ ਬੈਂਕ ਦੇ ਉੱਤੋਂ ਤੁਸੀਂ ਕੋਈ ਵੀ ਲੋਨ, ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਹੈ, ਇੱਕ ਨਹੀਂ ਦੂਸਰਾ ਇੰਸ਼ੋਰੈਂਸ ਵਾਲੇ ਵੀ, ਬੈਂਕ ਵਾਲੇ ਆਲ ਟਾਈਮ ਸਾਡੇ ਕੋਲ ਉੱਥੇ ਬੈਠੇ ਹੁੰਦੇ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ 1-2 ਘੰਟੇ, ਜੇ ਸਿਬਲ ਤੁਹਾਡਾ ਵਧੀਆ, ਟਰੈਕ ਅੱਛਾ, ਤੁਹਾਨੂੰ 2 ਘੰਟੇ ਦੇ ਵਿੱਚ ਕਾਰ ਅਸੀਂ ਡਿਲੀਵਰ ਕਰ ਦਿੰਦੇ ਹਾਂ। RC ਟ੍ਰਾਂਸਫਰ ਵੀ? RC ਟ੍ਰਾਂਸਫਰ ਦੀ ਫੈਸਿਲਿਟੀ ਸਾਰੀ ਸਾਡੇ ਕੋਲ ਹੈ, ਸਾਡੇ ਕੋਲ ਉੱਥੇ ਸਾਰੇ ਪੇਪਰਸ ਔਨ ਟੇਬਲ ਰੈਡੀ ਕਰਕੇ ਦਿੰਦੇ ਹਾਂ। ਤੋ ਦੋਸਤੋ ਇਸੀ ਕੇ ਸਾਥ ਜਲੰਧਰ ਕਾਰਸ ਦਾ ਸਾਰਾ ਸਟਾਕ ਮੈਂ ਆਪਕੋ ਦਿਖਾ ਦਿਆ ਹੈ। ਇਹ ਇੱਕ ਮਲਟੀ ਬ੍ਰਾਂਡ ਯੂਜ ਕਾਰ ਦਾ ਸ਼ੋਰੂਮ ਹੈ, ਅਲੱਗ ਅਲੱਗ ਬ੍ਰਾਂਡ ਕੀ ਕਾਰ ਆਪਕੋ ਯਹਾਂ ਪੇ ਮਿਲ ਜਾਏਗੀ, ਜੈਸੇ ਬਰੀਜ਼ ਅਵੇਲੇਬਲ ਹੈ, ਥਾਰ ਮਿਲ ਜਾਏਗੀ, ਵੈਨਿਊ ਮਿਲ ਜਾਏਗਾ, ਹੋਂਡਾ ਸਿਟੀ ਕਾ ਆਪਸ਼ਨ ਆਪਕੋ ਯਹਾਂ ਪੇ ਮਿਲ ਜਾਏਗਾ, ਕਰੇਟਾ ਮਿਲ ਜਾਏਗੀ। ਲੋਨ ਫੈਸਿਲਿਟੀ ਕੇ ਬਾਰੇ ਮੈਂ RC ਟ੍ਰਾਂਸਫਰ ਕੇ ਬਾਰੇ ਮੈਂ ਭਾਅ ਜੀ ਨੇ ਆਪਕੋ ਬਤਾ ਦੀ ਹੈ। तो इसी के साथ हमारी इस वीडियो को अब लाइक कीजिएगा, चैनल को ज़्यादा से ज़्यादा सब्सक्राइब कीजिएगा, अच्छी अच्छी कार्स की वीडियो आपके लिए लेकर हम आते रहेंगे। आज का व्लॉग करते हैं हम यहीं पर एंड, बहुत जल्द मिलेंगे आपके साथ नेक्स्ट वीडियो में।